वे बच्चियां वांग असी मोहब्बत पाली सी, तू के दई मिल गया सी, जवानी गाली सी, जवानी गाली सी। मेरी उम्र मैनू पुछ दी तेरे सबर ने की खटिया, है तेरा इन्ना करके भी तेरे लवर ने की खटिया। ओए लवर ਉਹਨਾਂ ਸੱਚੀ ਪਾਗਲਾਂ, ਤੁਸੀਂ ਫਿਲਮ ਲਵਰ ਬਣਾਈ, ਇਸ ਤੋਂ ਪਹਿਲਾਂ ਇੱਕ ਮੂਵੀ ਲੇਖ ਵੀ ਆਈ ਹੈ। ਓਕੇ, ਲੱਗਦਾ ਕਿ ਉਹਦੇ ਨਾਲ ਮਿਲਦਾ ਜੁਲਦਾ ਕਰੈਕਟਰ ਹੈ। ਇਹਦੇ ਮੂਵੀ ਲਈ ਮਿਲਦਾ ਅਸੀਂ ਬੜੇ ਟਾਈਮ ਤੋਂ ਲੱਗੇ ਹੋਏ ਸੀ, ਸਾਡੇ ਕੋਲ ਬੜਾ ਟਾਈਮ ਦਿੱਤਾ ਗਿਆ ਵੀ ਲੋਕਡਾਊਨ ਤੋਂ ਪਹਿਲਾਂ ਦੀ ਚੀਜ਼ 'ਤੇ ਲੱਗਿਆ, ਲੁਕਸ 'ਤੇ ਲਾ ਲਓ ਵੀ ਹਰ ਇੱਕ ਚੀਜ਼ 'ਤੇ ਬੜਾ ਕੰਮ ਕੀਤਾ। ਤਾਂ ਉਹ ਜਿਹੜਾ ਪਹਿਲਾਂ ਅਸੀਂ ਨਿੱਕੇ ਨਿੱਕੇ ਸੀਨ 'ਤੇ ਹਰ ਇੱਕ ਚੀਜ਼ ਨੂੰ ਵੀ ਇੱਕ ਹੁੰਦਾ ਨਾ ਲਿਖਿਆ, ਆਪਾਂ ਨੂੰ ਵਧੀਆ ਲੱਗ ਰਿਹਾ ਹੁੰਦਾ, ਜਦੋਂ ਆਪਾਂ ਕਰਦੇ ਹਾਂ ਕੋਈ ਚੀਜ਼ ਤਾਂ ਉਹ ਥੋੜ੍ਹਾ ਜਿਹਾ ਐਂ ਲੱਗਦਾ ਵੀ ਉਨਾ ਸਵਾਦ ਨਹੀਂ ਆ ਰਿਹਾ। ਅਸਲ ਲਾਈਫ ਦੇ ਵਿੱਚ ਗੁਰੀਆ ਦਿਲ ਟੁੱਟਾ, ਪਿਆਰ 'ਚ ਪਾਗਲ ਆਸ਼ਿਕ ਦਾ ਸਬਰ ਦਿਖਾਵਾਂਗੇ, ਪਰ ਫੁੱਲ ਗੁਲਾਬ ਦਾ ਲੈ ਕੇ ਆਉਣਾ, ਇੱਕ ਕਬਰ ਦਿਖਾਵਾਂਗੇ, ਇੱਕ ਲਵਰ ਦਿਖਾਵਾਂਗੇ। ਦੇਖ ਰਹੇ ਹੋ ਖਬਰ ਹਰਪਲ ਇੰਡੀਆ, ਮੈਂ ਤੁਹਾਡਾ ਦੋਸਤ ਅਤੇ ਹੋਸਟ ਰਿਤਿਕ ਲੁਥਰਾ। 1 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਲਵਰ ਦੀ ਸਟਾਰਕਾਰ ਸਾਡੇ ਨਾਲ ਮੌਜੂਦ ਹੈ, ਗੁਰੀ ਅਤੇ ਰੌਣਕ ਜੋਸ਼ੀ ਮੈਮ। ਹਾਂਜੀ ਗੁਰੀ, ਪਹਿਲਾਂ ਤਾਂ ਸਵਾਗਤ ਹੈ ਖਬਰ ਹਰਪਲ ਇੰਡੀਆ ਚੈਨਲ। ਥੈਂਕ ਯੂ ਸੋ ਮਚ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਗੁਰੀ, ਲੱਗਦਾ ਹੈ ਕਿ ਯੂਥ ਜਿੱਧਰ ਵੱਲ ਸਾਈਡ ਜਾ ਰਿਹਾ, ਫਿਲਮਾਂ ਵੀ ਉਸ ਹਿਸਾਬ ਨਾਲ ਆ ਰਹੀਆਂ ਨੇ। ਬਿਲਕੁਲ, ਆਪਣਾ ਯੂਥ ਆ ਜਿਹੜਾ ਅੱਜ ਦੀ ਡੇਟ 'ਚ ਬਹੁਤ ਤੇਜ਼ ਹੋ ਗਏ, ਮਤਲਬ ਕਿ ਹਰੇਕ ਚੀਜ਼ ਨੂੰ ਬੜੇ ਬਰੀਕੀ ਨਾਲ ਦੇਖਦੇ ਨੇ। ਤਾਂ ਆਪਣਾ ਸਿਨੇਮਾ ਵੀ ਬਹੁਤ ਗਰੋਥ ਕਰ ਰਿਹਾ ਅੱਜ ਦੀ ਡੇਟ 'ਚ, ਉਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਸਾਰਾ ਕੁਛ ਬੈਟਰ ਹੋ ਰਿਹਾ। ਨਹੀਂ, ਆਪਾਂ ਪੁੱਛਿਆ ਗਿਆ ਜਿੱਦਾਂ ਕਿ ਤੁਸੀਂ ਫਿਲਮ ਲਵਰ ਬਣਾਈ, ਇਸ ਤੋਂ ਪਹਿਲਾਂ ਇੱਕ ਮੂਵੀ ਲੇਖ ਵੀ ਆਈ ਹੈ। ਓਕੇ, ਲੱਗਦਾ ਕਿ ਉਹਦੇ ਨਾਲ ਮਿਲਦਾ ਜੁਲਦਾ ਕਰੈਕਟਰ ਹੈ? ਨਹੀਂ, ਮਿਲਦਾ ਜੁਲਦਾ ਕਰੈਕਟਰ ਨਹੀਂ, ਇੱਕ ਬੇਸ ਹੁੰਦਾ ਵੀ ਇੱਕ ਲਵ ਸਟੋਰੀ ਆ, ਲਵ ਸਟੋਰੀ 'ਚ ਕੀ ਹੋਊਗਾ, ਇੱਕ ਪਿਆਰ ਹੁੰਦਾ ਵੀ ਹਾਂ ਇੱਕ ਸਕੂਲ ਦੀ ਸਟੋਰੀ ਆ ਜ਼ਰੂਰ, ਪਰ ਬਹੁਤ ਕੁਝ ਡਿਫਰੈਂਟ ਆ। ਇਹਦੀਆਂ ਪ੍ਰੋਬਲਮਸ ਨੇ ਜਿਹੜੀਆਂ, ਇਹਦੀ ਫੈਮਿਲੀ ਦਾ ਜਿਹੜੇ ਉਹ ਕੰਪਰੋਮਾਈਜ਼ ਕਰਦਾ ਜਾਂ ਉਹ ਕਿੱਦਾਂ ਉਹ ਕੁੜੀ ਦੇ ਪਿੱਛੇ ਆ ਤਾਂ ਕਿੱਦਾਂ ਉਹਨੂੰ ਮਨਾਉਂਦਾ ਹੈ, ਸਾਰਾ ਕੁਝ ਡਿਫਰੈਂਟ ਆ, ਇੱਕ ਅਲੱਗ ਸਟੋਰੀ ਆ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਹੜੀ। ਅਤੇ ਟ੍ਰਾਂਸਫਾਰਮ ਵਿੱਚ ਪੂਰਾ ਕੀਤਾ ਹੈ ਕਿ ਛੋਟੀ ਜਿਹੀ ਏਜ ਤੋਂ, ਕਿ ਕਿੰਨਾ ਕੁ ਮਤਲਬ ਕਿ ਉਹਦੇ ਵਿੱਚ ਸਮਾਂ ਲੱਗਾ, ਕਿੰਨਾ ਕੁ ਕਹਿੰਦੇ ਨੇ ਹੈਗਾ ਸੀ ਕਿ ਤੁਸੀਂ ਫਸਟ ਆ ਰਹੇ ਹੋ, ਸਿਕੰਦਰ ਤੋਂ ਬਾਅਦ ਪਹਿਲੀ ਮੂਵੀ ਤੁਹਾਡੀ ਹੈ ਨਾ, ਜੱਟ ਬਰਦਰ। ਹਾਂ, ਇਹਦੇ ਮੂਵੀ ਲਈ ਮਿਲਦਾ ਅਸੀਂ ਬੜੇ ਟਾਈਮ ਤੋਂ ਲੱਗੇ ਹੋਏ ਸੀ, ਸਾਡੇ ਕੋਲ ਬੜਾ ਟਾਈਮ ਦਿੱਤਾ ਗਿਆ ਵੀ ਲੋਕਡਾਊਨ ਤੋਂ ਪਹਿਲਾਂ ਦੀ ਚੀਜ਼ 'ਤੇ ਲੱਗਿਆ, ਲੁਕਸ 'ਤੇ ਲਾ ਲਓ ਵੀ ਹਰ ਇੱਕ ਚੀਜ਼ 'ਤੇ ਬੜਾ ਕੰਮ ਕੀਤਾ। ਤਾਂ ਪਹਿਲਾਂ ਬੀਡ ਰੱਖ ਕੇ ਅਸੀਂ ਟਰਾਈ ਕੀਤੀਆਂ ਸਾਰੀਆਂ ਚੀਜ਼ਾਂ ਨਾ, ਫਿਰ ਸਕੂਲ ਵਾਲੀ ਟੀਨੇਜਰ ਵਾਲਾ ਅਲੱਗ ਅਸੀਂ ਨੇ ਇੱਕ ਟਰਾਈ ਕੀਤਾ ਵੀ ਕਿੱਦਾਂ ਲੱਗ ਸਕਦਾ ਨਾ, ਵੀ ਉਹ ਚੀਜ਼ਾਂ ਮੈਨੇਜ ਕਰਕੇ ਚੱਲੇ ਵੀ ਹਾਂ ਉਹ ਟ੍ਰਾਂਸਫੋਰਮੇਸ਼ਨ ਹੈਗੀ ਆ, ਉਹ 10-12 ਕਿਲੋ ਦੀ, ਹਾਂ ਸਕੂਲ ਵਾਲਾ ਬੋਆ ਤਾਂ ਸਕੂਲ ਵਾਲਾ ਲੱਗ ਰਿਹਾ, ਜੇ ਉਹ ਮਚਿਓਰ ਪਰਸਨੈਲਿਟੀ ਲੱਗ ਰਹੀ ਹੈ ਤਾਂ ਉਹ ਲੱਗ ਰਿਹਾ। ਸਕੂਲ ਤੋਂ ਮਚਿਓਰ 'ਤੇ ਜਾਣਾ ਕਿੰਨਾ ਕੁ ਡਿਫੀਕਲਟ ਲਾਈਫ ਦੇ ਵਿੱਚ ਜਾਂ ਫਿਲਮ ਦੇ ਵਿੱਚ ਵੀ ਹੁੰਦਾ ਸੀ? ਨਹੀਂ, ਫਿਲਮ 'ਚ ਮਿਲਾ ਤਾਂ ਅਸੀਂ ਨੇ ਵਰਕ ਬਹੁਤ ਕੀਤਾ ਹਰ ਇੱਕ ਚੀਜ਼ 'ਤੇ ਨਾ, ਇੱਕ ਹੁੰਦਾ ਵੀ ਆਪਾਂ ਮੂਵੀ ਆ ਇੱਕ ਸਟੋਰੀ ਮਿਲੀ ਆਪਾਂ ਉਹਨੂੰ ਸਿੱਧਾ ਆਪਾਂ ਸ਼ੂਟ ਕਰਨ ਚੱਲ ਗਏ ਨਾ, ਅਸਲ 'ਚ ਇਕੱਲੇ ਇਕੱਲੇ ਸੀਨ 'ਤੇ ਸਾਡੀ ਡਾਇਰੈਕਸ਼ਨ ਟੀਮ ਤੋਂ ਲਾ ਕੇ ਸਾਡੀ ਕੈਮਰਾ ਟੀਮ ਨੇ ਨਾ ਵੀ ਫਰੇਮਿੰਗ 'ਤੇ ਇਕੱਲੀ ਇਕੱਲੀ ਚੀਜ਼ 'ਤੇ ਬੜਾ ਵਰਕ ਕੀਤਾ। ਤਾਂ ਉਹ ਜਿਹੜਾ ਪਹਿਲਾਂ ਅਸੀਂ ਨਿੱਕੇ ਨਿੱਕੇ ਸੀਨ 'ਤੇ ਹਰ ਇੱਕ ਚੀਜ਼ ਨੂੰ ਵੀ ਇੱਕ ਹੁੰਦਾ ਨਾ ਲਿਖਿਆ, ਆਪਾਂ ਨੂੰ ਵਧੀਆ ਲੱਗ ਰਿਹਾ ਹੁੰਦਾ, ਜਦੋਂ ਆਪਾਂ ਕਰਦੇ ਹਾਂ ਕੋਈ ਚੀਜ਼ ਤਾਂ ਉਹ ਥੋੜ੍ਹਾ ਜਿਹਾ ਐਂ ਲੱਗਦਾ ਵੀ ਉਨਾ ਸਵਾਦ ਨਹੀਂ ਆ ਰਿਹਾ। ਤਾਂ ਹਰ ਇੱਕ ਚੀਜ਼ ਅਸੀਂ ਕਰਕੇ ਦੇਖੀ ਸੀ ਨਾ ਪਹਿਲਾਂ ਵੀ ਕਿਵੇਂ ਲੱਗ ਸਕਦੀ ਆ, ਤਾਂ ਉਹਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਹ ਜਦੋਂ ਸ਼ੂਟ ਕੀਤਾ ਤਾਂ ਮੈਨੂੰ ਲੱਗਦਾ ਇਨ ਟਾਈਮ ਇੰਨਾ ਦੇ ਦਿੱਤਾ ਸੀ ਕੁਝ, ਅਸੀਂ ਉੱਥੇ ਜਾ ਕੇ ਬਹੁਤ ਇੰਜੋਏ ਕੀਤਾ ਹਰ ਇੱਕ ਸੀਨ ਨੂੰ, ਵੀ ਇੱਦਾਂ ਨਹੀਂ ਲੱਗਿਆ ਵੀ ਆਹ ਡਿਫੀਕਲਟ ਆ, ਪਰ ਹਾਂ ਉਹ ਥੋੜ੍ਹਾ ਜਿਹਾ ਡਾਰਕ ਪਾਰਟ ਆ ਵਿੱਚ, ਥੋੜ੍ਹਾ ਹੈਪੀ ਆ, ਸਾਰਾ ਕੁਛ, ਉਹ ਸਾਰੀਆਂ ਚੀਜ਼ਾਂ ਇੰਜੋਏ ਕੀਤੀਆਂ। ਅਤੇ ਅਸਲ ਲਾਈਫ ਦੇ ਵਿੱਚ ਗੁਰੀਆ ਦਿਲ ਟੁੱਟਾ? ਨਹੀਂ, ਅਸਲ ਲਾਈਫ 'ਚ ਗੁਰੀ ਨੂੰ ਕਦੇ ਪਿਆਰ ਨਹੀਂ ਹੋਇਆ ਤਾਂ। ਪਰ ਮੈਂ ਪਹਿਲਾਂ ਗਾਣਾ ਸੁਣਿਆ ਤੁਹਾਡਾ ਜਿਹੜਾ, ਸ਼ਾਇਦ 2-3 ਗਾਣੇ ਤੋਂ ਬਾਅਦ ਆਇਆ ਸੀ ਦੂਰੀਆ ਵੱਜ ਜਾਣੀਆਂ, ਉਹ ਗਾਣੇ ਤੋਂ ਲੱਗਦਾ ਸੀ ਕਿ ਸ਼ਾਇਦ ਕੋਈ ਇੱਦਾਂ ਦਾ ਸੀਨ ਹੋਇਆ? ਨਹੀਂ, ਇੱਦਾਂ ਦਾ ਕੁਝ ਨਹੀਂ, ਉਹ ਇੱਕ ਐਂਟਰਟੇਨਮੈਂਟ ਗਾਣਾ ਸੀਗਾ ਸਾਰਿਆਂ ਲਈ। ਫਿਲਮ 'ਚ ਚੂਜ਼ ਕੀਤੀ ਕੋਈ ਸੋਚ ਸਮਝ ਕੇ ਕੀਤੀ ਹੋਏਗੀ, ਹੋਰ ਵੀ ਕਰੈਕਟਰ ਕਾਫੀ ਸੀ, ਕਾਫੀ ਸਟੋਰੀਆਂ ਹੋ ਸਕਦੀਆਂ ਨੇ। ਮਿਊਜ਼ਿਕ ਮਤਲਬ ਇੱਕ ਰੋਮੈਂਟਿਕ ਚੀਜ਼ਾਂ, ਜਿਹੜੇ ਰੋਮੈਂਟਿਕ ਮੂਵੀ ਬਹੁਤ ਪਸੰਦ ਨੇ ਮੈਨੂੰ ਨਾ, ਵੀ ਮੈਂ ਜੋਨਰ ਆ ਜਿਹੜਾ ਮੈਂ ਹਮੇਸ਼ਾ ਟਰਾਈ ਕਰਦਾ ਵੀ ਜਿਹੜਾ ਤੁਸੀਂ ਬੈਟਰ ਕਰ ਸਕਦੇ ਹੋ, ਮੈਨੂੰ ਲੱਗਦਾ ਮੈਂ ਇਹਦੇ 'ਚ ਬੈਟਰ ਕਰ ਸਕਦਾ ਹਮੇਸ਼ਾ ਨਾ, ਤਾਂ ਹਮੇਸ਼ਾ ਵੈਸੇ ਟਰਾਈ ਹੁੰਦਾ ਵੀ ਹਰ ਵਾਰ ਕੁਛ ਅਲੱਗ ਕਰੀਏ, ਵੀ ਇਹ ਲੱਗਦਾ ਮੇਰਾ ਫੇਵਰੇਟ ਜੋਨਰ ਆ। ਓਕੇ, ਹਾਂ ਤਾਂ ਇਹ ਪ੍ਰੈਫਰ ਸੀਗਾ। ਅਤੇ ਬਾਕੀ ਸਟੋਰੀ ਬੜੀ ਜ਼ਬਰਦਸਤ ਸੀ, ਜਦੋਂ ਲਵਰ ਸੁਣੀ ਹੈ ਨਾ ਸਟੋਰੀ ਤਾਂ ਉਦੋਂ ਹੀ ਆਏ ਸੀ ਵੀ ਆਹ ਮੂਵੀ ਤਾਂ ਆਪਾਂ ਕਰਨੀ ਆ। ਅਤੇ ਲੱਗਦਾ ਕਿ ਜਿਹੜਾ ਇੱਕ ਤਰਫਾ ਵਿਖਾਇਆ ਗਿਆ ਸ਼ਾਇਦ ਉਹਦੇ ਵਿੱਚ, ਬਾਅਦ ਵਿੱਚ ਸੈਕਿੰਡ 'ਤੇ 2 ਟ੍ਰੇਲਰ ਦੇਖਿਆ ਮੈਂ, ਸਟਾਰਟਿੰਗ ਦੀ ਫਿਲਮ ਕੁਛ ਦੇਖ ਰਹੀ, ਬਾਅਦ ਵਿੱਚ ਕੁਛ ਆ ਰਿਹਾ। ਨਹੀਂ, ਅੱਜ ਕੱਲ੍ਹ ਤਾਂ ਕੀ ਹੁੰਦਾ ਬੜੇ ਟ੍ਰੇਲਰ ਇੱਦਾਂ ਦੇ ਆਉਂਦੇ ਆ, ਉਹ ਸਾਰੀ ਸਟੋਰੀ ਰਿਵੀਲ ਕਰ ਦਿੰਦੇ ਨੇ ਪਹਿਲਾਂ ਹੀ।
पर इस दे ट्रेलर च असीं बहुत मामूली जां बहुत थोड़ा दिखाया। जदों तुसीं मूवी देखोगे तां उह च जाके तुहानूं पता लगेगा भी उहदे कलर किन्ने चेंज होंदे आ, किन्नियां शेड चेंज होंदियां ने, है ना, भी किन्नी वार मूवी हैप्पी होंदी आ, किन्नी वार होंदी आ, भी उह ट्रांसफॉर्मेशन तों लै के हर एक चीज़ उह तुहानूं कलर देखण नूं मिलेगा। नवें प्रोजैक्ट की लैके आ रहे, फिल्मां ही करोगे जां गाने सुनोगे? सारा फोकस जी मूवी ते आ, मूवी आ जाणी आ 1 जुलाई नूं, तां तुसीं सारे जणे जरूर देखियो। बाकी लुक्स नूं बड़ा सारे ने प्यार दिता, मतलब ट्रेलर जो ट्रेलर रिलीज़ होया तो पहला फस्ट लुक रिलीज़ की है ना, सारे ने बड़े वधिया, बस पहला इदा सी भी आह लुक नूं लोग हाँ पसंद करने, क्योंकि फस्ट टाइम इदा दी लुक च आप आ रहे हैं भी हाँ एक करैक्टर लगे, पहले तो वो चीज़ तो बड़ा सी सारे ने काम किया भी हाँ एक सिंगर ना लगे जां कुछ भी, है ना, भी डिफरेंट लगे भी फिल्म का करैक्टर आ जो डिमांड आ वो ही लगे, तो सारे ने बड़ा वधिया ना वे कमेंट्स आए थे, सारे ने बड़े वधिया कंप्लीमेंट आए, तो गाने नू ऑलरेडी सारे जने बड़ा प्यार दे रहे हैं। मानक दे गाने नू सारे विच एक दो गाने मैं सुने ने शायद, तो ताड़ा कोई गाना अपना कोई पर्सनल? नहीं, मेरा कोई पर्सनल गाना बिच नहीं है, मेरा फोकस सारा मूवी ते सीगा, बाकी कवर सॉन्ग बाद जरूर करांगे थे मूवी दे। अच्छा ठीक है, तो एक सॉन्ग कोई मूवी दा जिहड़ा तुहानू वधिया लगदा होवे ते मैं वधिया लगदा? सारा म्यूजिक ही सारा बहुत घेंट आ मूवी दा, तुहानू लवर सुनाने वाले वे बच्चियां वांग असी मोहब्बत पाली सी, तू के दई मिल गया सी जवानी गाली सी, जवानी गाली सी, मेरी उम्र मैनू पुछ दी तेरे सबर ने की खटिया, है तेरा इन्ना करके भी तेरे लवर ने की खटिया, अदरा इन्ना करके भी तेरे लवर ने की खटिया। मूवी फिर हिट पूरी मूवी तुम्हें करवानी है सारे हिट, बाकी सारी चीज़ें तुम गाने बड़ा प्यार दे रहे हो, मूवी में भी इदा ही प्यार दो, 1 जुलाई में थिएटर च आ जाए सारे, तो जेडे जेडे भी अपने यार बेले जरूर जाए तो अपनी फैमिली जो वधिया लगी तो अगर जरूर सारे रेकमेंड करे। फैमिली वैसे तो लवर मूवी है सारा कुछ है, क्योंकि एक ये नहीं है भी कल्ली रोमांटिक आ, उस उन्होंने फैमिली का भी सारा कुछ दिखाया कि किदा कॉम्प्रोमाइज फैमिली लिए बड़े कॉम्प्रोमाइज ने जिड़ी चीज़ा वो देखने को मिलनी है, क्योंकि अज तो 10-12 साल पहल की लव स्टोरी है, उदों बड़ियां चीज़ां थोड़ी अज का तो मॉडर्न हो गया बहुत, है ना, अज का अलावा जिहड़ा आपां देखदे आ, तो वह टाइम बड़ियां चीज़ों की बंदिश हुंदी थी ना, वो चीज़ा देखने को मिलनी है तुहानू। ठीक है, तो मैसेज की देना चाहोगे साडे चैनल दे राही जो अज चल रहा? मैं यही आ भी हाँ तुसीं मूवियां जिहड़ियां भी नवीं आ रही ने सारे बड़ा वधिया काम कर रहे हैं, तो साडी सारी टीम ने बड़ी मेहनत की है बड़े टाइम तो एक प्रोजैक्ट से लगे हुए, मैं गाने बहुत घट किए हैं भी फोकस सारा मूवी पर सी, तो बाकी तुम जिन्हें भी अज तक चीज़ा आप रिलीज़ कीतियाँ लवर दियाँ सारे बड़ा प्यार दिता, तो मूवी में भी तुम बहुत प्यार दोगे मैं पता, क्योंकि तुम्हें पसंद आने वाली है, तो 1 जुलाई में जरूर जाए देखण, तो वधिया लगी तो अगे जरूर अपने रिलेटिव अपने फ्रेंड्स में जरूर रेकमेंड करो। मूवी के करैक्टर नवी गल कर लेंगे। हाँ जी मैम, सत श्रीकाल जी। हाँ जी मैम, तुहानू किदा दा एक्सपीरियंस रहा इस मूवी दे विच? ये मेरी डेब्यू मूवी है, सो एक्सपीरियंस तो बहुत वधिया रहा, बहुत कुछ सीखने को मिले साडे नाल, बहुत साडे सीनियर आर्टिस्ट ने जिन्होंने काम किया फिल्म च, तो आप क्योंकि स्टोरी बहुत वधिया सी सो ये अपन बहुत कुछ ट्राई करने मिले, बहुत नए तो न्यू मूमेंट्स ने, तो बहुत वंडरफुल एक्सपीरियंस है। जिदा कि स्कूल लाइफ के जो गुरु ने सवाल किया, तुहानू कोई डिफिकल्ट लगा ये की फर्क हैगा? ओके, एक्चुअली अपना हर एक सीन तो पहला ही इन्नी डिटेलिंग तो इन्ने प्रिसाइजली काम किया हुआ कि सानू पता सी भी अपना किस टाइम की करना है, तो ऑन सैट तो आप सिर्फ इंजॉय किया, तो अपने सारे ओल्ड स्कूल लाइफ मूवमेंट्स नू इंजॉय किया। इस तो पहला किस कि मूवी में तुसी काम किया? ये मेरी डेब्यू मूवी है। ओके ठीक है, और की मैसेज देना चाहोगे? बस यही मैसेज है भी एक बहुत ही एक्शन रोमांटिक पावर पैक्ड जी फिल्म है, एक छोटी जी बहुत इनसेंट जी लव स्टोरी है, तो थानू सारे नू बहुत पसंद आऊगी, तुसी सारे 1 जुलाई में प्लीज़ जाओ। जिदा कि आप फिल्म टीम ने गलबात की लवर की, तो उन्होंने अपनी फिल्म बारे भी दसिया सारा, हूँ देखते हैं कि 1 जुलाई में कैस कि रिस्पोंस देखने को मिलता थिएटर के अमृतसर तो ऋतिक लुथरा खबर हरपुर इंडिया लिए।